ਅਸੀਂ ਦੋਨੋਂ ਪਾਸੇ ਜੀ ਨਾ ਆਪਣੇ ਕੋਲੋਂ ਮਲਟੀਪਲਾਈ ਠੀਕ ਹੈ ਇਸ ਸਾਈਡ ਤੇ ਵੀ ਜਾਂ ਕਹਿ ਦੋ ਕਿ ਵੀ ਇਹਦੇ ਡਿਨੋਮੀਨੇਟਰ ਔਰ ਇਹਦੇ ਡਿਨੋਮੀਨੇਟਰ ਨੂੰ ਜੀ ਨਾਲ ਮਲਟੀਪਲਾਈ ਕਰਤਾ ਆਰ ਸੌਰੀ ਡਿਵਾਈਡ ਕਰ ਲੈ ਹੁਣ ਪੁੱਤ ਜਿਹੜਾ ਜੀ ਨੀਚੇ ਲਗਾ ਰਿਹਾ ਇਹ ਆਪਸ ਚ ਜੇ ਮੈਂ ਕਟਿੰਗ ਚ ਲੈ ਜਾਂ ਤੇ ਬਾਨੀ ਬਣਿਆ ਨਾ ਬੇਟੇ ਯੈਸ ਸਰ ਤੇ ਆਪਾਂ ਆਪਣੇ ਕੋਲੋਂ ਕਿਸੇ ਚੀਜ਼ ਨੂੰ ਮਲਟੀਪਲਾਈ ਜਾਂ ਡਿਵਾਈਡ ਕਰਨਾ ਹੋਵੇ ਤਾਂ ਸਿਰਫ 1 ਨਾ ਕਰ ਸਕਦੇ 1 ਬਣਾਉਣ ਦਾ ਢੰਗ ਹੀ ਹੋ ਸਕਦਾ ਉਹਨੂੰ ਮੈਂ 5 ਨਾਲ ਮਲਟੀਪਲਾਈ 5 ਨਾਲ ਡਿਵਾਈਡ ਕਰਾਂ ਉਹ ਵੀ 1 ਹੀ ਆ ਆਪਾਂ ਜੀ ਨਾਲ ਮਲਟੀ ਇੱਧਰ ਡਿਵਾਈਡ ਵੀ ਕਰ ਲਿਆ ਤੇ ਇੱਧਰ ਵੀ ਕਰ ਲਿਆ ਆ ਜੀ ਨੂੰ ਮੁੜ ਕੇ ਆਪਾਂ ਇਸ ਪੂਰੀ ਟਰਮ ਚ ਕੰਬਾਈਨ ਵੇ ਨਾਲ ਪੜ੍ਹ ਲਿਆ ਇਕੱਠਾ ਕਰਕੇ ਜਿਹੜੀ ਇਹ ਮੇਰੀ ਪੂਰੀ ਟਰਮ ਜਿਹੜੀ ਆ ਦੈਟ ਰੀਡ ਐਸ ਦਾ ਪਰਸੈਂਟੇਜ ਚੇਂਜ ਇਨ ਜੀ ਆ ਗਿਆ ਤੇ ਫਿਰ ਇਹਨੂੰ ਆਪਾਂ ਪਰਸੈਂਟੇਜ ਚੇਂਜ ਇਨ ਜੀ ਚ ਕੰਸੀਡਰ ਕਰ ਲਿਆ ਔਰ ਇਹਦੀ ਵੈਲਿਊ ਕਿੰਨੀ ਆ ਗਈ ਆਰ ਓਮੇਗਾ ਸਕੁਅਰ ਬਾਈ ਜੀ ਦੇ ਕੋਲ ਆ ਜਾਏਗੀ ਇਹ ਮੈਂ ਨੂਮੈਰੀਕਲ ਚ ਮੈਨੂੰ ਰੇਡੀਅਸ ਆਫ ਅਰਥ ਦੱਸਿਆ ਹੋਵੇ ਅਰਥ ਦੇ ਰੋਟੇਟ ਕਰਨ ਦੀ ਐਂਗੂਲਰ ਵੈਲੋਸਿਟੀ ਉਹ ਦੱਸ ਦੇਵੇ ਕਿੰਨੀ ਆ ਤੇ ਆਪਾਂ ਕੈਲਕੂਲੇਟ ਕਰ ਸਕਦੇ ਕਿ ਜੀ ਕਿੰਨੇ ਪਰਸੈਂਟੇਜ ਚੇਂਜ ਹੋਏਗਾ ਔਰ ਇੱਕ ਨਾਲ ਹੀ ਹੋਰ ਗੱਲ ਐਡ ਕਰ ਰਿਹਾ ਜਿੰਨੀ ਚੇਂਜ ਜੀ ਚ ਆਣੀ ਆ ਇਹੀ ਚੇਂਜ ਇਹੀ ਪਰਸੈਂਟੇਜ ਚੇਂਜ weight ਦੀ ਵੀ ਆ ਕਿਉਂਕਿ ਜਦੋਂ ਪਰਸੈਂਟੇਜ ਚੇਂਜ ਇਨ weight ਕੱਢਣਾ ਵਾ ਤੇ weight mg ਨੂੰ ਕਹਿੰਨੇ m ਇਹਦੇ ਨਾਲ m ਇਹਦੇ ਨਾਲ m ਇਹਦੇ ਨਾਲ ਲਗਾਵਾ ਅਲਟੀਮੇਟ ਉਹ m ਕੱਟਿਆ ਜਾ ਰਿਹਾ ਤੇ ਇਹਦਾ ਮਤਲਬ ਜੋ ਚੇਂਜ ਪਰਸੈਂਟੇਜ ਚੇਂਜ ਦੀ ਫਾਰਮ ਚ ਜੀ ਚ ਆਏਗੀ ਉਹੀ ਪਰਸੈਂਟੇਜ ਚੇਂਜ ਮੇਰੀ weight ਦੀ ਵੀ ਹੋਏਗੀ ਇਹ ਗੱਲ ਸਮਝ ਆਈ ਯੈਸ ਸਰ ਯੈਸ ਸਰ ਯੈਸ ਆ ਕਲੀਅਰ ਆ ਬੇਟਾ ਜੋ ਪੁੱਛ ਰਹੇ ਸੀ ਯੈਸ ਸਰ ਤੇ ਲਾਸਟ ਆਪਾਂ ਇਹਨੂੰ ਕਨਕਲੂਡ ਖਤਮ ਕਰਨ ਲੱਗੇ ਹਾਂ ਸੋ ਪਰਸੈਂਟੇਜ ਚੇਂਜ ਇਨ ਜੀ ਪੁੱਛ ਲਵੇ ਠੀਕ ਹੈ ਜੀ ਡਿਊ ਟੂ ਰੋਟੇਸ਼ਨ ਆਫ ਅਰਥ ਆਪਣਾ ਆ ਫਾਰਮੂਲਾ ਹੋਏਗਾ ਜੇ ਕੱਲਾ ਚੇਂਜ ਇਨ weight ਪੁੱਛਿਆ ਜਾਵੇ ਜੇ ਕੱਲਾ ਚੇਂਜ ਇਨ weight ਪੁੱਛਿਆ ਜਾਵੇ ਤੇ ਜੇ ਤੁਸੀਂ ਧਿਆਨ ਦਿਓ ਤੇ ਦੋਨੋਂ ਪਾਸੇ m ਇੱਥੇ ਵੀ ਕੈਨਸਲ ਹੋ ਕੇ ਜੋ ਚੇਂਜ ਇਨ ਜੀ ਹੋਏਗਾ ਉਹੀ ਚੇਂਜ ਇਨ weight ਵੀ ਬਣੇਗਾ ਇਹ ਨਾਲ weight ਦੀ ਚੇਂਜ ਵੀ ਆਪਣੇ ਕੋਲ ਇਸ ਫਾਰਮ ਚ r ਓਮੇਗਾ ਸਕੁਅਰ ਦੀ ਫਾਰਮ ਚ ਆ ਜਾਏਗੀ ਇਸ ਫਾਰਮ ਚ ਕਰ ਸਕਦੇ ਹੋ ਤੀਜਾ ਤੇ ਲਾਸਟ ਆਪਾਂ ਇਕੁਏਟਰ ਤੇ ਪੋਲ ਤੇ ਜੇ g ਦੀ ਵੈਲਿਊ ਕੰਸੀਡਰ ਕਰਨੀ ਹੋਵੇ ਤੇ ਆਪਣੇ ਵਿੱਚ ਇੱਕ ਰਿਜ਼ਲਟ ਇਹ ਨਿਕਲਿਆ ਕਿ ਪੋਲ ਤੇ g ਦੀ ਵੈਲਿਊ ਮੈਕਸਿਮਮ ਆ ਉਹ 9.8 ਦੇ ਬਰਾਬਰ ਆ g ਵੀ 0 ਦੇ ਬਰਾਬਰ ਆਇਆ ਇਕੁਏਟਰ ਤੇ g ਦੀ ਵੈਲਿਊ ਜਿਹੜੀ ਮੇਰੀ 9.8 ਮਾਈਨਸ ਕਹਿੰਦਾ ਜੀ ਜਿਹੜੀ ਐਸ ਐਚ ਕੁਝ ਵੈਲਿਊ ਆਏਗੀ ਇਨਾ ਕਲੀਅਰ ਆ ਯੈਸ ਚਲ ਮੇਰੀ ਪਰਸੈਂਟੇਜ ਇਨ ਹਾਂਜੀ ਬੱਚੇ ਸਰ ਪਰਸੈਂਟੇਜ ਚੇਂਜ ਇਨ weight ਦਾ ਵੀ ਫਾਰਮੂਲਾ ਯਹੀ ਹੈ ਜੋ ਜੀ ਕਾ ਹੈ ਲੜੇ ਇਹੀ ਰਹਿ ਗਿਆ ਨਾ ਪੁੱਤ ਆ ਦੇਖ ਬੱਚੇ ਇਦਾਂ ਦਿਮਾਗ ਚ ਲਾਓ ਆਪਾਂ ਜੇ weight ਦੀ ਪਰਸੈਂਟੇਜ ਚੇਂਜ ਕਰਨੀ weight mg ਨੂੰ ਕਵਾਂਗਾ ਨਾ ਤੇ ਤੁਸੀਂ ਇਹਨਾਂ ਵੀ m ਲਗਾ ਦਿਓ ਇਹਨਾਂ ਵੀ m ਲਗਾ ਯੈਸ ਸਰ ਇੱਥੇ ਵੀ m ਲਗਾਤਾ ਤੇ ਮੁੜ ਕੇ m ਦਾ ਕੱਟੇ ਜਾ ਰਿਹਾ ਹਾਂਜੀ ਸਰ ਇਸ ਲਈ ਆਪਾਂ m ਦੇ ਅੰਦਰ ਲਗਾ ਕੇ ਇਹਨੂੰ ਆਪਾਂ ਪਰਸੈਂਟੇਜ ਚੇਂਜ ਇਨ weight ਬੋਲੀਏ ਠੀਕ ਹੈ ਜਾਂ m ਹਟਾ ਕੇ ਇਹਨੂੰ ਮੈਂ ਪਰਸੈਂਟੇਜ ਚੇਂਜ ਇਨ g ਕਵਾਂ ਤੇ ਰਿਜ਼ਲਟ ਤਾਂ ਬੱਚੇ ਉਹੀ ਰਹਿਣਾ ਉੱਚੇ ਤਾਂ ਕੋਈ ਵੀ ਨਹੀਂ ਚੇਂਜ ਆਣੀ ਇਸ ਲਈ ਨੂਮੈਰੀਕਲ ਚ ਮੈਨੂੰ ਪਰਸੈਂਟੇਜ ਚੇਂਜ ਇਨ weight ਕਹਿੰਦਾ ਜਾਂ ਪਰਸੈਂਟੇਜ ਚੇਂਜ ਇਨ g ਕਵੇ ਤੇ ਬੋਥ ਆਰ ਦਾ ਸੇਮ ਵਨ ਉਹ ਚ ਕੋਈ ਚੇਂਜ ਨਹੀਂ ਆਏਗੀ ਓਕੇ ਸਰ ਕਲੀਅਰ ਹੈ ਨਾ ਯੈਸ ਚਲ ਮੈਂ ਦੀ ਫੋਟੋ ਕਲਿੱਕ ਕਰਨਾ ਫਿਰ ਅੱਗੇ ਆਪਾਂ ਕੰਟੀਨਿਊ ਕਰਦੇ ਇਸ ਤੋਂ ਨੈਕਸਟ ਲਾਸਟ ਫੈਕਟਰ ਜਿਹੜਾ ਆਪਣਾ ਹੈਗਾ ਦੈਟਸ ਦਾ ਇਫੈਕਟ ਆਫ ਸ਼ੇਪ ਆਫ ਅਰਥ ਵੈਸੇ ਤਾਂ ਪੁੱਤੇ ਇਸੇ ਦੇ ਵਿੱਚ ਹੀ ਉਹਦੀ ਗੱਲ ਹੋ ਗਈ ਅਦਰਵਾਈਜ਼ ਇੱਕ ਵਾਰੀ ਆਪਾਂ ਨੂੰ ਦੁਬਾਰਾ ਰਿਪੀਟ ਕਰਦੇ ਪਏ ਜੇ ਇਫੈਕਟ ਆਫ ਸ਼ੇਪ ਆਫ ਅਰਥ ਲੈ ਕੇ ਚੱਲੀਏ ਠੀਕ ਹੈ ਯਾਨੀ ਜੀ ਦੇ ਉੱਤੇ ਸ਼ੇਪ ਦਾ ਅਰਥ ਦੀ ਸ਼ੇਪ ਦਾ ਕੀ ਇਫੈਕਟ ਹੈਗਾ ਤੇ ਇਹਦੇ ਲਈ ਕੋਈ ਡੈਰੀਵੇਸ਼ਨ ਨਹੀਂ ਆਣੀ ਸ਼ੇਪ ਵਾਲੇ ਕੇਸ ਦੇ ਅੰਦਰ ਰਿਜ਼ਲਟ ਸਿੱਧਾ ਹੈਗਾ ਵੀ ਨੋ ਦੈਟ ਆਪਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦਾ ਫਾਰਮੂਲਾ ਜਨਰਲ ਜਿਹੜਾ ਹੈਗਾ ਦੈਟ ਇਸ ਟੂ ਬੀ ਗਿਵਨ ਬਾਈ ਜੀ ਇਕੁਅਲ ਟੂ ਜੀ ਐਮ ਬਾਈ ਆਰ ਸਕੁਅਰ ਆਰ ਮੇ ਕੋਲ ਕੀ ਚੀਜ਼ ਆ ਰੇਡੀਅਸ ਆਫ ਅਰਥ ਰੇਡੀਅਸ ਆਫ ਅਰਥ ਤੇ ਬੇਟਾ ਅਸੀਂ ਜੇ ਹੁਣ ਐਗਜ਼ੈਕਟ ਅਰਥ ਦੀ ਸ਼ੇਪ ਲਈਏ ਅਸੀਂ ਆਪਣੀ ਨੂਮੈਰੀਕਲ ਕੈਲਕੂਲੇਸ਼ਨ ਨੂੰ ਸੌਖਾ ਕਰਨ ਲਈ ਈਜ਼ੀ ਕਰਨ ਵਾਸਤੇ ਅਰਥ ਨੂੰ ਸਫੈਰੀਕਲ ਕਹਿੰਦੇ ਪਰ ਜਿਹੜੀ ਉਹ ਕਹਿੰਦਾ ਜੀ ਅਰਥ ਦੀ ਐਕਚੁਅਲ ਸ਼ੇਪ ਹੋਏਗੀ ਵੀ ਆਰ ਕੰਸੀਡਰਿੰਗ ਅਰਥ ਦੀ ਐਕਚੁਅਲ ਸ਼ੇਪ ਐਲਿਪਟੀਕਲ ਆ ਉਹਦਾ ਇਕੁਟੋਰੀਅਲ ਰੇਡੀਅਸ ਜਿਹੜਾ ਹੈਗਾ ਉਹਦੇ ਪੋਲਰ ਰੇਡੀਅਸ ਨਾਲੋਂ ਜਿਹੜਾ ਵਾ ਉਹ ਜ਼ਿਆਦਾ ਵਾ ਜਿਹੜੀ ਅਰਥ ਦੀ ਸ਼ੇਪ ਜਿਹੜੀ ਹੋਏਗੀ ਅਸੀਂ ਕਹਿੰਦੇ ਜੀ ਕੁਝ ਇਸ ਟਾਈਪ ਦੇ ਅੰਦਰ ਅਰਥ ਦੀ ਸ਼ੇਪ ਆ ਜੂ ਜਿਹਦੇ ਵਿੱਚ ਉਹਦਾ ਆ ਪੋਲਰ ਰੇਡੀਅਸ ਨਾਲੋਂ ਇਹਦਾ ਇਕੁਏਟਰ ਵਾਲਾ ਰੇਡੀਅਸ ਜਿਹੜਾ ਹੋਏਗਾ ਯਾਨੀ ਇਹਦੀ ਲੈਂਥ ਆਰ ਈ
ਆ ਜਿਹੜਾ ਰੇਡੀਅਸ ਹੈ ਤੇ ਜੇ ਇਧਰ ਇਹਦਾ ਪੋਲਰ ਰੇਡੀਅਸ ਆਰ ਪੀ ਲਿਖ ਦਈਏ ਤੇ ਇਹਨਾਂ ਦੋਨਾਂ ਚ ਅਸੀਂ ਡਿਫਾਈਨ ਕਰਦੇ ਹਾਂ ਕਿ ਵੀ ਐਸ ਸੱਚ ਇਕੁਟੋਰੀਅਲ ਰੇਡੀਅਸ ਆਲਵੇਸ ਇਜ਼ ਗ੍ਰੇਟਰ ਦੈਨ ਦਾ ਪੋਲਰ ਰੇਡੀਅਸ ਤੇ ਇਥੋਂ ਅਸੀਂ ਡਿਫਾਈਨ ਕਰਦੇ ਪਏ ਐਸ ਆਰ ਈ ਐਸ ਆਰ ਈ ਗ੍ਰੇਟਰ ਦੈਨ ਆਰ ਪੀ ਠੀਕ ਹੈ ਜੀ ਤੇ ਦੇਅਰਫੋਰ ਜੀ ਇਨਵਰਸਲੀ ਟੂ ਆਰ ਸਕੁਅਰ ਤੇ ਜੇ ਜੀ ਇਨਵਰਸਲੀ ਟੂ ਆਰ ਸਕੁਅਰ ਆ ਔਰ ਇਥੇ ਇਕੁਏਟਰ ਦਾ ਰੇਡੀਅਸ ਪੋਲ ਤੋਂ ਜ਼ਿਆਦਾ ਤੇ ਦੇਅਰਫੋਰ ਵੀ ਕੈਨ ਰਾਈਟ ਜੇ ਤੋਂ ਆਪਾਂ ਕੰਡੀਸ਼ਨ ਬਣਾ ਦਈਏ ਕਿ ਜਿਹੜੀ GE ਦੀ ਵੈਲਿਊ ਹੋਏਗੀ ਦੈਟ ਸ਼ੁਡ ਬੀ ਲੈਸਰ ਦੈਨ ਵੈਲਿਊ ਆਫ G ਐਟ ਦਾ ਕਿੰਨਾ ਜੀ ਪੋਲ ਮਤਲਬ ਇਹਨਾਂ ਤੁਸੀਂ ਸਿਰਫ ਇਹ ਦੱਸ ਪਾਓਗੇ ਇਸ ਰਿਲੇਸ਼ਨ ਦੇ ਨਾਲ ਕਿ ਵੀ ਪੋਲ ਦਾ ਐਸ ਸੱਚ G ਵੈਲਿਊ ਜ਼ਿਆਦਾ ਹੋਏਗਾ ਐਸ ਕੰਪੇਅਰ ਟੂ ਦੈਟ ਆਫ ਦਾ ਇਕੁਏਟਰ ਠੀਕ ਹੈ ਪਰ ਕਿੰਨਾ ਜ਼ਿਆਦਾ ਹੋਏਗਾ ਕਿੰਨਾ ਫਰਕ ਹੋਏਗਾ ਇਹ ਅਸੀਂ ਐਸ ਸੱਚ ਉੱਤੇ ਹੁਣ ਕੈਲਕੂਲੇਟ ਕੀਤਾ ਕਿ ਵੀ GP ਮਾਈਨਸ GE ਦੀ ਵੈਲਿਊ R ਓਮੇਗਾ ਸਕੁਅਰ ਦੇ ਬਰਾਬਰ ਕਿਆ ਆ ਚੀਜ਼ ਕਲੀਅਰ ਆ ਜੀ ਯੈਸ ਸਰ ਸਰ ਰਿਪੀਟ ਕਰੀਓ ਸਰ ਦੁਬਾਰਾ ਦੱਸੋ ਆਪਾਂ ਇਹ ਕਿਹਾ ਕਿ ਜੇ ਚਲੋ ਮੈਂ ਕੁਐਸਚਨ ਬਣਾਉਣਾ ਫਿਰ ਆਪਾਂ ਦੁਬਾਰਾ ਗੱਲ ਕਰਦੇ ਸੀ ਜੀ ਵੀ ਆਪਾਂ ਇਹ ਕੁਐਸਚਨ ਲਿੱਤਾ ਸ਼ਿਵਮ ਨੂੰ ਮੈਂ ਐਸ ਸੱਚ ਇੱਕ ਨਾ 100 ਗ੍ਰਾਮ ਦਾ ਪੀਸ ਦਿੱਤਾ ਠੀਕ ਹੈ ਜੀ ਪੋਲ ਦੇ ਉੱਤੇ ਸ਼ਿਵਮ ਮੇ ਕੋਲ ਪੋਲ ਤੇ ਆਇਆ ਠੀਕ ਹੈ ਜਿੱਥੇ ਨਾਰਥ ਪੋਲ ਹੈਗਾ ਉੱਥੇ ਮੈਂ ਖੜਾ ਸੀ ਸ਼ਿਵਮ ਮੇ ਕੋਲ ਉੱਤੇ ਆਇਆ ਨੂੰ ਮੈਂ ਇੱਕ 100 ਗ੍ਰਾਮ ਗੋਲਡ ਦਾ ਪੀਸ ਦਿੱਤਾ ਠੀਕ ਹੈ ਉਹਦਾ ਮੈਂ ਵੇਟ ਕਰਕੇ ਇਹਨੂੰ ਮੈਂ ਫੜਾਤਾ ਮੈਂ ਕਿਹਾ ਜੇ ਇਦਾਂ ਕਰ ਰਿਦਮ ਨਾ ਇਕੁਏਟਰ ਤੇ ਖੜਾ ਵਾ ਉੱਥੇ ਉਹਨੂੰ ਫੜਾ ਦੀ ਜਦੋਂ ਇਹਨੇ ਰਿਦਮ ਨੂੰ ਇਕੁਏਟਰ ਤੇ ਫੜਾਇਆ ਕਿ ਰਿਦਮ ਸੈਟੀਸਫਾਈਡ ਹੋਏਗਾ ਕਿ ਵੀ ਹਾਂ ਮੈਨੂੰ ਮੇਰਾ ਪੀਸ ਪੂਰਾ ਮਿਲਿਆ ਨੋ ਨੋ ਸਰ ਨਹੀਂ ਹੋਏਗਾ ਨਾ ਕਿਉਂ ਨਹੀਂ ਹੋਏਗਾ ਸਰ ਵੇਟ ਵੇਟ ਘੱਟ ਹੋਏਗਾ ਇਟ ਇਸ ਅ ਗ੍ਰੈਵਿਟੀ ਜੀ ਅਲੱਗ ਹੋਗੀ ਹਾਂ ਇਹਦਾ ਮਤਲਬ ਵੈਲਿਊ ਆਫ ਜੀ ਡਿਫਰੈਂਟ ਹੋਗੀ ਜੇ ਤਾਂ ਵੇਟ ਘਟਿਆ ਤੇ ਵੇਟ ਅਸੀਂ ਕਹਿੰਦੇ ਐਮ ਜੀ ਆ ਹਨਾ ਵੇਟ ਅਸੀਂ ਕਹਿੰਦੇ ਜੀ ਐਮ ਜੀ ਤੋਂ ਬਣਦਾ ਪਿਆ ਤੇ ਐਮ ਜੀ ਦੇ ਵਿੱਚੋਂ ਕੋਈ ਇੱਕ ਚੀਜ਼ ਚੇਂਜ ਹੋਈ ਹੋਊਗੀ ਤਦੇ ਵੇਟ ਚੇਂਜ ਹੋਇਆ ਕੁਆਂਟੀਟੀ ਆਫ ਮੈਟਰ ਤਾਂ ਚੇਂਜ ਨਹੀਂ ਹੋਣੀ ਆ ਚੌਕ ਦਾ ਵੀ ਜਿੱਡਾ ਇਕੁਏਟਰ ਤੁਸੀਂ ਉੱਡੇ ਬੋਲਦੇ ਆ ਇਹਨਾਂ ਦੇ ਵਿੱਚ ਕੁਆਂਟੀਟੀ ਆਫ ਮੈਟਰ ਤਾਂ ਚੇਂਜ ਨਹੀਂ ਹੋਇਆ ਫਿਰ ਚੇਂਜ ਕੀ ਚ ਹੋਈ ਵੇਟ ਵਿੱਚ ਦੇ ਵਿੱਚ ਇਹਦਾ ਮਤਲਬ ਇਹ ਚੀਜ਼ ਹੋਈ ਕਿ ਵੀ ਇਕੁਏਟਰ ਤੇ ਪੋਲ ਦੇ ਉੱਤੇ ਅਸੀਂ ਕਹਿੰਦੇ ਜੀ ਦਾ ਫਰਕ ਆ ਉਹ ਕਹਿੰਦਾ ਵੀ ਕਿਹਦਾ ਕਰਕੇ ਆ ਅਸੀਂ ਉਹਦੇ ਲਈ ਆ ਰਿਲੇਸ਼ਨ ਦਿੰਦੇ ਕਿ ਵੀ ਜੀ ਆਰ ਦੇ ਇਨਵਰਸਲੀ ਆ ਇਹਦਾ ਮਤਲਬ ਇਕੁਏਟਰ ਦਾ ਰੇਡੀਅਸ ਜਿਹੜਾ ਜ਼ਿਆਦਾ ਹੋਣ ਕਰਕੇ ਉੱਥੇ ਜੀ ਦੀ ਵੈਲਿਊ ਮੇਰੀ ਜਿਹੜੀ ਉਹ ਕੀ ਹੋਏਗੀ ਕਹਿੰਦਾ ਜੀ ਸਮਾਲਰ ਹੋਏਗੀ ਇਸ ਲਈ ਅਸੀਂ ਆ ਲਿਖਿਆ ਕਿ ਵੀ ਇਕੁਏਟਰ ਦਾ ਰੇਡੀਅਸ ਜੇ ਜ਼ਿਆਦਾ ਤੇ ਇਕੁਏਟਰ ਤੇ ਜੀ ਦੀ ਵੈਲਿਊ ਘੱਟ ਆ ਔਰ ਜਿਹੜਾ ਪੋਲ ਤੇ ਇਕੁਏਟਰ 'ਚ ਡਿਫਰੈਂਸ ਹੋਏਗਾ ਜੀ ਦਾ ਉਹ ਮੇਰਾ ਕਿੰਨਾ ਉਹ ਅਸੀਂ ਪਿਛਲੇ ਟੌਪਿਕ 'ਚ ਹੁਣੇ ਕੈਲਕੂਲੇਟ ਕੀਤਾ ਕਿ ਪੋਲ ਔਰ ਇਕੁਏਟਰ ਦੇ ਅੰਦਰ ਜੀ ਦਾ ਜਿਹੜਾ ਡਿਫਰੈਂਸ ਹੈਗਾ ਉਹ ਆਰ ਓਮੇਗਾ ਸਕੁਅਰ ਦੇ ਬਰਾਬਰ ਹੈ ਇਹਨਾਂ ਕਲੀਅਰ ਆ Yes, sir. Clear, yes, sir. Yes, sir.